This program is sponsored by Dayal Sweets, Gill Road, Ludhiana, Astro Plus, MS International, Guru Machine Company, Harisar Engineering Company, Pilot Swimming Machine Company. Chhatti Memory Baba Tipie Tawan Vikhe Lagan Wali Pradarshini Vich Shmooliyat Karan Layi Hoya Rawana. Federation of Industrial and Commercial Organization FICO da ik chhatti memory bafat Tipie Tawan vikhe lagan wali pradarshini vich shmooliyat karan layi rawana hoya. Taiwan jaan wale is bafat nu Hero Motor Company de vice chairman Shri SK Rai ne hari chandi de rawana kita. Is mauke Shri SK Rai ne bafat de membran nu shubhkamnama dinde hoye keha ki cycle udyog da bhavikh kafi ujjwal hai. ਜੇਕਰ ਅਸੀਂ ਸਮੇਂ ਅਨੁਸਾਰ ਟਾਈਮ ਟਾਈਮ ਤੇ ਇਸ ਵਿੱਚ ਬਦਲਾਵ ਲਿਆਉਂਦੇ ਰਹਾਂਗੇ ਗੱਲਬਾਤ ਦੌਰਾਨ ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਦੱਸਿਆ ਕਿ ਇਹ ਫੀਕੋ ਦੇ ਬੈਨਰ ਹਿੱਟ ਮੈਂਬਰਾਂ ਦਾ 48 ਮੈਂਬਰ ਦੇਸ਼ੀ ਦੌਰਾ ਹੈ ਉਹਨਾਂ ਦੱਸਿਆ ਕਿ ਇਸ ਵਿਦੇਸ਼ੀ ਦੌਰੇ ਵਿੱਚ 36 ਮੈਂਬਰੀ ਵਫਦ ਵਿੱਚੋਂ 19 ਮੈਂਬਰ ਜੰਗ ਜਨਰੇਸ਼ਨ ਨਾਲ ਸੰਬੰਧ ਰੱਖਦੇ ਹਨ ਜੋ ਪਹਿਲੀ ਵਾਰ ਉਹਨਾਂ ਨਾਲ ਕਿਸੇ ਵਿਦੇਸ਼ੀ ਦੌਰੇ ਤੇ ਪ੍ਰਦਰਸ਼ਨੀ ਵਿੱਚੋਂ ਨਵੀਂ ਟੈਕਨੀਕ ਭਾਰਤ ਲੈ ਕੇ ਆਉਣ ਦੀ ਭਾਲ ਵਿੱਚ ਹਨ ਹਮਾਰਾ ਉਨਕੋ ਯਹੀ ਸੰਦੇਸ਼ ਹੈ ਕਿ ਅੱਜ ਕੀ ਤਾਰੀਖ ਮੇ ਸਾਈਕਲ ਇੱਕ ਐਕਸਪੋਨੈਂਸ਼ੀਅਲ ਗਰੋਥ ਕੇ ਲਿਏ ਤਿਆਰ ਬੈਠੀ ਹੈ ਇਹ ਯੂਰਪ ਕੇ ਮਾਰਕੀਟ ਕੋ ਵੀ ਜਾਏਗੀ ਅਮਰੀਕਾ ਵੀ ਜਾਏਗੀ ਕਿਉਂਕਿ ਚਾਈਨਾ ਸੇ ਜੋ ਅਮਰੀਕਾ ਔਰ ਟਰੰਪ ਕਾ ਜੋ ਹੋ ਰਹਾ ਹੈ ਐਡੀਸ਼ਨਲ ਡਿਊਟੀਜ਼ ਲੱਗ ਰਹੀ ਹੈ ਇਹ ਡੈਲੀਗੇਸ਼ਨ ਅਗਰ ਜਾਤਾ ਹੈ ਤੋ ਇਸਕੋ ਨਈ ਟੈਕਨੋਲੋਜੀ ਨਯਾ ਇਕਵਿਪਮੈਂਟ ਨਯਾ ਕੋਲਾਬੋਰੇਸ਼ਨ ਲੈ ਕੇ ਵਾਪਸ ਆਣਾ ਚਾਹੀਦਾ ਅੱਜ ਜਿਹੜਾ ਡੈਲੀਗੇਸ਼ਨ ਤਿਪੀ ਸਾਈਕਲ ਸ਼ੋਅ ਦੇ ਵਿੱਚ ਜਾ ਰਿਹਾ ਵਾ ਜਿਹਨੂੰ ਅੱਜ ਹੀਰੋ ਸਾਈਕਲ ਦੇ ਵਾਈਸ ਚੇਅਰਮੈਨ ਸ਼੍ਰੀ ਐਸ ਕੇ ਰਾਏ ਜੀ ਨੇ ਫਲੈਗ ਆਫ ਕੀਤਾ ਵਾ ਗੱਲ ਕਰਦੇ ਹਾਂ ਸਾਈਕਲ ਇੰਡਸਟਰੀ ਦੀ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸਾਈਕਲ ਬਣਾਉਣ ਵਾਲਾ ਦੇਸ਼ ਆ ਪਰ ਸਾਨੂੰ ਇਹਨਾਂ ਐਗਜ਼ੀਬਿਸ਼ਨਾਂ ਵਿੱਚ ਆਪਣੇ ਆਪ ਨੂੰ ਉਸ ਇੰਟਰਨੈਸ਼ਨਲ ਲੈਵਲ ਦੇ ਵਿੱਚ ਅਪਡੇਟ ਰਹਿਣ ਵਾਸਤੇ ਜ਼ਰੂਰ ਜਾਣਾ ਪੈਂਦਾ ਵਾ ਕਿ ਇੱਕ ਸਾਲ ਦੇ ਵਿੱਚ ਕੀ ਕੀ ਸਾਈਕਲ ਇੰਡਸਟਰੀ ਦੇ ਵਿੱਚ ਚੇਂਜਸ ਆਈਆਂ ਅਤੇ ਇਹ 36 ਮੈਂਬਰਾਂ ਦਾ ਜਿਹੜਾ ਡੈਲੀਗੇਸ਼ਨ ਆ ਜਿੱਥੇ ਉੱਥੇ ਐਗਜ਼ੀਬਿਸ਼ਨ ਨੂੰ ਅਟੈਂਡ ਕਰੇਗਾ ਉੱਥੇ ਜਿਹੜੀਆਂ ਹਾਈ ਐਂਡ ਪ੍ਰੋਡਕਟ ਦੀਆਂ ਫੈਕਟਰੀਜ਼ ਨੇ ਉੱਥੇ ਉਹਨਾਂ ਦੀ ਇੰਡਸਟਰੀਅਲ ਵਿਜ਼ਿਟ ਵੀ ਕਰੇਗਾ ਅਤੇ ਉੱਥੋਂ ਟੈਕਨੋਲੋਜੀ ਤਾਈਵਾਨ ਜਿਹੜਾ ਸਾਡੇ ਤੋਂ ਬਹੁਤ ਅੱਗੇ ਆ ਉੱਥੋਂ ਟੈਕਨੋਲੋਜੀ ਇੰਡੀਆ ਦੇ ਵਿੱਚ ਲਿਆ ਕੇ ਇੰਡੀਆ ਦੇ ਵਿੱਚ ਜਿਹੜਾ ਪ੍ਰੋਡਕਟਸ ਨਵੇਂ ਜਿਹੜੇ ਬਣਦੇ ਕਰਨਗੇ ਔਰ ਸੈਕਿੰਡ ਜਿਹੜੀ ਨਵੀਂ ਧਨਾਂਸੂ ਹਾਈਟੈਕ ਸਾਈਕਲ ਵੈਲੀ ਆ ਰਹੀ ਆ ਉਹਦੇ ਵਾਸਤੇ ਵੀ ਇੱਕ ਬਹੁਤ ਵੱਡੀ ਓਪਰਚੁਨਿਟੀ ਆ ਕਿ ਅਸੀਂ ਉੱਥੋਂ ਜਾ ਕੇ ਜਿਹੜੇ ਨਵੇਂ ਪ੍ਰੋਡਕਟ ਜਿਹੜੇ ਇੰਡੀਆ ਦੇ ਵਿੱਚ ਨਹੀਂ ਬਣਦੇ ਉਹਨਾਂ ਨੂੰ ਬਣਾਉਣ ਵਾਸਤੇ ਉਸ ਹਾਈਟੈਕ ਵੈਲੀ ਦੇ ਵਿੱਚ ਪ੍ਰੋਡਕਟਸ ਲਿਆਈਏ ਫਿਕੋ ਵੱਲੋਂ ਅਸੀਂ ਹੀਰੋ ਸਾਈਕਲਸ ਦੇ ਨਾਲ 25 ਏਕੜ ਫਿਕੋ ਇੰਡਸਟਰੀਅਲ ਮਾਡਲ ਟਾਊਨ ਜਿਹੜਾ ਉਸ ਧਨਾਂਸੂ ਵੈਲੀ ਦੇ ਵਿੱਚ ਡਿਵੈਲਪ ਕਰਾਂਗੇ ਅਤੇ ਉੱਥੇ ਜਿਹੜੇ ਪ੍ਰੋਡਕਟਸ ਹਾਈ ਐਂਡ ਬਣਨਗੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਯੂਨੀਕ ਹੋਣਗੇ ਇਹ ਇੱਕ ਹਫ਼ਤੇ ਦਾ ਟੂਰ ਹੈ ਜੀ ਇਹ ਜਿਹੜਾ 36 ਮੈਂਬਰਾਂ ਦਾ ਜਿਹਦੇ ਵਿੱਚ ਤਿਪੀ ਸਾਈਕਲ ਸ਼ੋਅ ਤੋਂ ਇਲਾਵਾ ਇੰਡਸਟਰੀਅਲ ਵਿਜ਼ਿਟਸ ਔਰ ਜਿਹੜੇ ਉੱਥੇ ਦੀਆਂ ਐਕਸਕਲੂਸਿਵ ਫੈਕਟਰੀਆਂ ਅਗਰ ਗੱਲ ਕਰੀਏ ਤਾਂ ਹਾਈਡਰੋ ਫਾਰਮਿੰਗ ਜਿਹੜੀ ਕਿ ਇੰਡੀਆ ਦੇ ਵਿੱਚ ਨਹੀਂ ਹੁੰਦੀ ਉਹ ਉੱਥੇ ਸਾਨੂੰ ਦੇਖਣ ਦਾ ਮੌਕਾ ਮਿਲੇਗਾ ਔਰ ਅਲਾਈ ਟੈਕਨੋਲੋਜੀ ਮੈਗਨੀਸ਼ੀਅਮ ਕਾਰਬਨ ਟੈਕਨੋਲੋਜੀ ਅਸੀਂ ਇੰਡੀਆ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਜਿਹੜਾ ਇੰਡੀਆ ਦੀ ਜਿਹੜੀ ਐਕਸਪੋਰਟਸ ਦੇ ਵਿੱਚ ਹਾਈ ਐਂਡ ਸਾਈਕਲ ਦੀ ਪੈਨੀਟ੍ਰੇਸ਼ਨ ਨੂੰ ਵਧਾਵਾਂਗੇ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ ਡੋਟ ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼